ਉਪਮੰਡਲ ਪਿੰਡ ਭਾਗਲ ਵਿੱਚ ਸਮੂਹਿਕ ਵਿਆਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੌਰਾਨ 17 ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਹ ਵਿਆਹ ਪ੍ਰੀਤੀਪਾਲ ਜਿੰਦਲ ਦੁਆਰਾ ਕਰਵਾਏ ਗਏ ਹਨ। ਗਰੀਬ ਜਨਤਾ ਕੇ ਲਈ ਬਹੁਤ ਸ਼ਰਧਾ ਹੈ, ਬਹੁਤ ਪ੍ਰੇਮ ਹੈ। ਮੈਂ ਕੋਈ ਬਹੁਤ ਬੜਾ ਪੈਸੇ ਵਾਲਾ ਸਾਹੂਕਾਰ ਨਹੀਂ, ਹਾਂ ਮੇਰਾ ਅੱਛਾ ਗੁਜ਼ਾਰਾ ਚਲਦਾ ਹੈ। ਦਾਲ ਰੋਟੀ ਖਾਣੇ ਕੇ ਬਾਅਦ ਮੁਝੇ ਪੈਸੇ ਬਚਤੇ ਹੈ, ਯੇ ਨਹੀਂ ਹੈ ਕਿ ਮੈਂ ਬਹੁਤ ਬੜਾ ਸਾਹੂਕਾਰ ਹੂੰ। ਪਰ ਭਗਵਾਨ ਨੇ, ਇਸ ਮਾਟੀ ਨੇ, ਮੇਰੇ ਬਜ਼ੁਰਗੋਂ ਨੇ ਮੁਝੇ ਇੱਕ ਬੜਾ ਬੜਾ ਦਿਲ ਦਿਆ ਹੈ, ਔਰ ਜਿਸ ਕੀ ਸਪੋਰਟ ਮੇਰੇ ਛੋਟੇ ਭਾਈ ਸੰਜੇ, ਮੇਰੇ ਲਕਸ਼ਮਣ ਮੁਝੇ ਬਹੁਤ ਸਪੋਰਟ, ਮੇਰਾ ਪਰਿਵਾਰ, ਮੇਰੇ 3 ਪੁੱਤਰ, ਮੇਰੇ 3 ਪੁੱਤਰੀਆਂ ਕੰਧੇ ਸੇ ਕੰਧੇ ਸੇ ਲੱਗ ਕੇ ਕਹਿੰਦੇ ਕਿ ਪਾਪਾ ਭਾਈ ਪਿੱਛੇ ਮੁੜ ਕੇ ਨਹੀਂ ਦੇਖਣਾ, ਆਪ ਅੱਛਾ ਆਪਣੇ ਭਗਵਾਨ ਨੇ ਆਪਣੇ ਕੋਲ ਦਿਆ ਹੈ ਨਾ, ਅੱਛਾ ਕਰੋ।